ਮੇਰੀ ਸੁਣੋ ਇੱਕ ਗੱਲ, ਦੂਜਿਆਂ ਦੇ ਨਾ ਤੌਰ ਤਰੀਕੇ ਵਿਗੜੇ ਨੇ ਕਿੰਨਿਆਂ ਦੇ ਨਾ, ਤਾਂ ਮੈਂ ਵੇਖਣ ਡਈ ਹਾਂ ਇਹਨਾਂ ਵੱਲ, ਅਤੇ ਇਹ ਵਿਚਾਰਾ ਖਪਚ ਲਿਆ ਸਾਰਾ ਘਰ ਦਾ ਕੰਮ ਕਰਕੇ, ਅਤੇ ਇਹਦੇ ਨਾਂ ਨਾ ਕੋਈ ਪੈਲੀ 2 ਕਿੱਲੇ ਵੱਧ ਲਵਾ ਖੜੋ। ਵੇਹਲੀ ਹੈ ਨਾ ਭਲਾ, ਕਿੱਦਾਂ ਪੈਲੀ ਲਵਾਉਂਦੀ ਇਹਦੇ ਨਾਂ? ਉਹ ਤਾਂ ਮੈਨੂੰ ਵੀ ਪਤਾ, ਇਹ ਘਰ ਦਾ ਕੰਮ ਸਾਰਾ ਚੁੱਕਿਆ ਇਹਨੇ, ਅਤੇ ਇਹਦੇ ਹੀ ਸੋਚਾਂਗੇ। ਤਾਂ ਹੀ ਤਾਂ ਮੈਂ ਆਖਣ ਡਈ ਹਾਂ ਤੁਹਾਨੂੰ, ਉਹ ਤਾਂ ਆਪਣੇ ਪੈਰਾਂ 'ਤੇ ਖਲੋਤੇ ਨੇ, ਅਤੇ ਉਹ ਨਾ ਹੋਏ ਮੁੜ ਕੇ ਵੀ ਇਹ ਵਹਿੰਦਾ ਰਹੇ ਵਿਚਾਰਾ ਸਾਰਾ ਹੀ ਉਮਰ ਕਮਾਈ ਕਰ ਕਰ ਖਪ ਚੱਲਿਆ, ਅਤੇ ਉਹਨਾਂ ਨੇ ਤਾਂ ਆਪਣਾ ਸਾਰੇ ਕੰਮ ਚੰਗੇ ਕੀਤੇ ਨੇ, ਨੌਕਰੀ ਵੀ ਉਹਨਾਂ ਨੂੰ ਲੱਗੀ ਹੈ ਮਹਾਰਾਜ ਵੱਲੋਂ ਹੀ, ਅਤੇ ਨਾਲੇ ਉਂਝ ਵੀ ਇਸ ਕਰ ਪੈਸਾ ਧੇਲਾ ਉਹਨਾਂ ਦੇ ਕੋਲ ਹੈ ਹੀ ਹੈ। ਚਲੋ ਕੋਈ ਨਹੀਂ, ਇਹਦੇ ਨਾਲ ਕੋਈ ਪੈਸੇ ਦਾ ਕਿੱਲਾ ਵੱਧ ਲਾ ਦਿਆਂਗੇ। ਕਿੱਲਾ ਕਿਉਂ ਲਾਉਣਾ, 2 ਕਿੱਲੇ ਲਵਾਈ ਮੁੰਡੇ ਦਾ ਨਾਂ ਪੈਲੀ, 2-3 ਮਹੀਨੇ ਹੋ ਗਏ ਨੇ, ਲਵ ਨੇ ਵੀ ਕੋਈ ਤਨਖਾਹ 'ਚੋਂ ਪੈਸਾ ਨਹੀਂ ਦਿੱਤਾ। ਉਹ ਤਾਂ ਮੈਡਮ ਅੱਗੇ ਹੀ ਆਉਂਦੀ ਹੈ ਵੀ ਜਿੰਨੀ ਕੁ ਮੈਨੂੰ ਤਨਖਾਹ ਮਿਲਦੀ, ਮਹਾ ਮੇਰਾ ਗੁਜ਼ਾਰਾ ਵਿਜ਼ਾਰਾ ਹੁੰਦਾ ਵਾ, ਅਤੇ ਮੈਂ ਇਹਨਾਂ ਵੱਲ ਵੇਖਣ ਡਈ ਹਾਂ ਜੋ ਇਹ ਕਰਨ ਡਏ ਨੇ, ਅਤੇ ਮਗਰ ਉਹ ਨਾ ਹੋਏ ਵੀ ਇਹ ਮੂੰਹ ਵੱਲ ਵਹਿੰਦਾ ਰਹੇ। ਨਹੀਂ ਨਹੀਂ, ਇਹਦਾ ਵੀ ਸੋਚਾਂਗੇ, ਸੋਚਣਾ ਕਿਉਂ ਨਹੀਂ? ਸੋਚਣਾ ਆਹੀ ਸੋਚਣਾ, ਮਾਂ ਪਿਓ ਨੇ, ਉਹਨਾਂ ਥੋੜ੍ਹਾ ਸੋਚਣਾ, ਉਹ ਤਾਂ ਪੱਲੇ ਵਾਲੇ ਨੇ, ਉਹਨਾਂ ਨੂੰ ਪੁੱਛਾ ਕਿ ਜੋ ਮਰਜ਼ੀ ਹੋਵੇ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਜੇ ਮੈਂ ਪੈਸੇ ਮੰਗੇ ਸਨ, ਮੈਂ ਕਿਹਾ ਲਾਵ ਤੇਰੀ ਤਨਖਾਹ ਆਈ ਹੈ ਤਾਂ ਦੇ, ਮੈਨੂੰ ਪੈਸੇ ਲੋੜ ਹੈ, ਅਤੇ ਇੱਧਰ ਗੱਲ ਸੁਣਦਾ ਅਤੇ ਇੱਧਰ ਕੰਨਾਂ 'ਚ ਕੱਢ ਛੱਡਦਾ ਵਾ, ਤੈਨੂੰ ਪਤਾ ਨਾ ਉਹਨਾਂ ਦੀ ਤਜਾ ਵਿਗੜੀ ਗਿਆ। ਕੋਈ ਗੱਲ ਨਹੀਂ, ਕੋਈ ਕਰ ਲਾਂਗੇ ਵੇਖੇ ਤਾਂ ਉਹਨਾਂ ਦੀ। ਤਾਂ ਹੀ ਮੈਂ ਆਖਿਆ ਵਾ ਹੱਥਾਂ ਦੇ ਤੇਰਿਆਂ 'ਚ ਇਹ ਸਭ ਕੁਛ, ਮਤ ਉਹ ਨਾ ਹੋਵੇ ਇਹ ਮੁੰਡਾ ਵਹਿੰਦਾ ਰਹੇ ਸਾਰੀ ਉਮਰ ਇੱਥੇ ਕਰ ਕਰ ਖਪ ਚੱਲਿਆ ਵਾ। ਅਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ, ਆ ਸਾਲ ਕੁ ਲੰਘ ਜਾਂਦਾ ਨਾ, ਅਤੇ ਇੱਕ ਗੱਡੀ ਆਹਾਂ ਵੀ ਲਈਏ ਉਹਦੇ ਜੋਗੀ, ਮੁੰਡੇ ਜੋਗੀ, ਅਤੇ ਭਿੰਦਰ ਲਈ ਲੈਣੀ ਆ। ਨਹੀਂ ਗੱਡੀ ਤਾਂ ਹੈਗੀ ਆ, ਘਰ 'ਚ ਮੇਰੀ ਲੋੜ ਹੈ ਗੱਡੀ ਲੈਣ ਦੀ। ਇਹ ਹੈਗੀ ਇਹ ਨਾ ਹੋਈ ਇੱਕੋ ਜਿਹੀ ਹੈ, ਸਾਨੂੰ ਕੀ ਸੁੱਖ ਹੈ, ਪਿੱਛੇ ਜੇ ਚਲੇ ਗਏ ਹੈ ਨਾ ਇਹ ਗੱਡੀ 'ਤੇ, ਅਗਲੀ ਜਾਂਦੀ ਹੈ ਆਹਾਂ ਆਪਣੀ ਤਨਖਾਹ 'ਚ ਲਈਏ, ਅਤੇ ਨਾਲੇ ਮੈਨੂੰ ਪੁੱਛ ਕੇ ਨਹੀਂ ਖੜੀ ਇਹਨਾਂ ਨੇ, ਇਹ ਸਾਨੂੰ ਕੀ ਜਈ ਹੋਈ ਅਤੇ ਤੇਈ ਇਹ ਨਾ ਹੋਈ, ਲਵਾਂਗੇ ਗੱਡੀ ਹੁਣ ਭਿੰਦਰ ਦੇ ਨਾਂ 'ਤੇ ਕਢਾਵਾਂਗੇ, ਇਹ ਵੀ ਗੱਲ ਚੇਤੇ ਰੱਖਿਓ। ਚਲੋ ਠੀਕ ਹੈ, ਜੋ ਹੋ ਗਿਆ ਹੋ ਗਿਆ, ਇੱਕ ਵਾਰ ਮੈਂ ਚਲੀ ਗਈ ਹਾਂ, ਮੈਂ ਨਹੀਂ ਮੁੜ ਕੇ ਜਾਣਾ ਇਹ ਗੱਡੀ 'ਤੇ, ਨਾ ਮਹਾਰਾਜ ਨੇ ਇਹਨਾਂ ਦੀ ਲੋੜ ਪਵਾਏ ਸਾਨੂੰ ਜਿੰਨੀਆਂ ਇਹ ਗੱਲਾਂ ਕਰਦੀ। ਮੈਨੂੰ ਪਤਾ ਮੇਰੇ ਮਾਂ ਪਿਓ ਤਾਂ ਇੱਦਾਂ ਕਦੇ ਨਹੀਂ ਕਰ ਸਕਦੇ ਹੈਗੇ, ਉਦਾਂ ਕੋਈ ਹੋ ਸਕਦਾ ਵਾ ਵੀ ਗੁੱਸੇ 'ਚ ਗੱਲ ਕਰਨ ਡੇ ਹੋਣਗੇ, ਪਰ ਉਹਨਾਂ ਇੱਦਾਂ ਕਦੀ ਵੀ ਨਹੀਂ ਕਰਨਾ ਹੈਗਾ। ਤੁਹਾਨੂੰ ਨਹੀਂ ਮੇਰੇ 'ਤੇ ਯਕੀਨ ਆਉਣਾ? ਮੈਨੂੰ ਯਕੀਨ ਆ ਤੇਰੇ 'ਤੇ ਪੂਰਾ, ਪਰ ਇਹ ਆ ਵੀ ਕੋਈ ਵੀ ਮਾਂ ਪਿਓ ਇੱਦਾਂ ਨਹੀਂ ਕਰ ਸਕਦਾ ਜਿੱਦਾਂ ਤੂੰ ਕਹਿਣ ਡੀ ਆ, ਮੰਨਿਆ ਗੁੱਸੇ 'ਚ ਕਰ ਸਕਦੇ ਇਹ ਗੱਲ, ਪਰ ਇੱਦਾਂ ਨਹੀਂ ਹੋਣਾ ਹੈਗਾ, ਐਵੇਂ ਨਹੀਂ ਬੜਾ ਦਬੜੀ ਮਚਾ ਦੀ ਜੀ। ਮੈਂ ਚਾਹਾਂਗਾ, ਮੈਂ ਪਤਾ ਨਹੀਂ ਕੀ ਹੋ ਗਿਆ ਵਾ ਜਿਹੜੀ ਇੰਨੀ ਨੇ ਪੱਲੋ ਮਚਾ ਦਿੱਤੀ ਹੈ। ਲਵ ਇੰਨੀ ਵੱਡੀ ਗੱਲ ਆ, ਤੁਹਾਡੀ ਸਿਹਤ 'ਤੇ ਤਾਂ ਕੋਈ ਅਸਰ ਨਹੀਂ ਹੈ, ਮੈਨੂੰ ਲੱਗਦਾ ਮੈਨੂੰ ਉੱਧਰ ਜਾਣਾ ਚਾਹੀਦਾ, ਇੱਧਰ ਨਹੀਂ ਆਉਣਾ ਚਾਹੀਦਾ, ਮੈਂ ਸਿਰਫ ਇੱਕ ਤੁਹਾਡੇ ਤੋਂ ਡਰਦੀ ਆ ਗਈ। ਉਹ ਐਵੇਂ ਨਾ ਜਾ ਕੇ ਉੱਧਰ ਹੋਰ ਹੀ ਗੁੱਸੇ ਆਪਾਂ ਪਾ ਦੀ ਹੈਗਾ, ਮੁੜ ਕੇ ਮੰਮੀ ਡੈਡੀ ਦੇ ਤੈਨੂੰ ਤਾਂ ਘੱਟ ਕਹਿਣਾ ਵਾ, ਤਾਂ ਮੇਰੇ ਮਗਰ ਉਹਨਾਂ ਜ਼ਿਆਦਾ ਚੜ੍ਹਨਾ, ਉਹਨਾਂ ਕਹਿਣਾ ਵੀ ਇਹਦੀ ਲਗਾਮ ਮਸਾਂ ਖਿੱਚ ਕੇ ਨਹੀਂ ਰੱਖਦਾ, ਇਹਨੂੰ ਦਿਨੋਂ ਦਿਨ ਢਿੱਲ ਜ਼ਿਆਦਾ ਦੇਣ ਡਿਆ, ਚੰਗੇ ਨਹੀਂ ਲੱਗੀਦਾ ਇੱਦਾਂ, ਕਿਤੇ ਨਹੀਂ ਆ, ਘਰ ਵੀ ਇੱਥੇ ਆ, ਜ਼ਮੀਨ ਜਾਇਦਾਦ ਵੀ ਇੱਥੇ ਆ, ਇੱਦਾਂ ਨਹੀਂ ਹੁੰਦਾ ਹੈਗਾ। ਉਹਨਾਂ ਚੋਰੀ ਛਿੱਪੇ ਲਾ ਦੇਣੀ ਉਹਦੇ ਨਾਂ। ਉਹ ਚੋਰੀ ਛਿੱਪੇ ਕਿਹੜੀ ਕੋਈ ਖਾਣ ਵਾਲੀ ਚੀਜ਼ ਆ ਕਿ ਜਾਂ ਫੜਾਉਣ ਵਾਲੀ, ਇੰਨੀ ਮੁੱਠੀ 'ਚ ਫੜ ਕੇ ਫੜਾਈ ਜਾਂਦੀ ਆ, ਇਹ ਉਮਰ ਭਰ ਦੀ ਗੱਲ ਹੁੰਦੀ ਆ।
ਮੈਨੂੰ ਨਾ ਆਪਣੇ ਪਰਿਵਾਰ ਤੇ ਕੱਲੀ ਨੂੰ ਪੂਰਾ ਮਾਣ ਆ। ਸਾਡੇ ਚ ਭਾਵੇਂ ਜਿੱਦਾਂ ਮਰਜ਼ੀ ਥੋੜੀ ਉੱਚੀ ਚ ਰਹੇ ਤੇ ਇੱਕ ਫੜਕ ਰਹੇ, ਪਰ ਏਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਉਹ ਇੱਕ ਪੱਖ ਕਰ ਦੇਣ। ਮੰਨਿਆ ਉਹ ਜ਼ਰੂਰ ਸੋਚਦੇ ਆ, ਕਿਉਂਕਿ ਪਿੰਦਰ ਵਿਚਾਰਾ ਘਰੇ ਆ, ਉਹ ਸੋਚਦੇ ਆ ਕਿ ਉਹ ਸਾਰਾ ਦਿਨ ਖੇਤੀਬਾੜੀ ਕਰਦਾ, ਪਰ ਇੰਨਾ ਵੀ ਜ਼ਮੀਨ ਸਮਾਨ ਦਾ ਫਰਕ ਨਹੀਂ ਉਹ ਕਦੀ ਵੀ ਪਾ ਸਕਦੇ ਹੈਗੇ। ਮੈਂ ਜਦੋਂ ਇਹ ਗੱਲ ਸੁਣੀ ਨਾ, ਮੇਰੇ ਪੈਰਾਂ ਥੱਲੇ ਤੇ ਜ਼ਮੀਨ ਹਿੱਲ ਗਈ। ਤੂੰ ਨਾ ਵੈਸੇ ਥੋੜੀ ਦਿਮਾਗੋਂ ਵੀ ਹਿੱਲੀ ਰਹਿੰਦੀ ਆ। ਜਦੋਂ ਨਾ ਚਾੜਦਾ ਨਾ ਕੋਈ ਚੰਨ, ਤੁਹਾਨੂੰ ਫੇਰ ਪਤਾ ਲੱਗਣਾ ਵਾ, ਤੁਹਾਨੂੰ ਤਾਂ ਚਾਹੀਦਾ ਉਹਨਾਂ ਦੇ ਗੱਲ ਪੈਂਦੇ, ਤੁਸੀਂ ਮੈਨੂੰ ਹੀ ਗੱਲਾਂ ਸੁਣਾਉਂਦੇ ਹੋਰ। ਗੱਲੀ ਨਾ ਗੱਲ ਸੁਣਾਉਣ ਵਾਲੀ ਕੋਈ ਨਹੀਂ ਹੈਗੀ, ਪਰ ਜਿੰਨੀ ਤੂੰ ਗੱਲ ਢੰਗਾਈ ਚ ਲੈਣ ਦੀ ਆ ਨਾ, ਇਹਦੇ ਵਿੱਚ ਕੁਝ ਨਹੀਂ ਨਿਕਲਣਾ ਹੈਗਾ, ਇਹ ਤਾਂ ਸਿਰਫ ਕਲੇਸ਼ ਹੀ ਆ ਜਿੰਨਾ ਮਰਜ਼ੀ ਪਾ ਲਈਏ। ਕਲੇਸ਼ ਕਾਹਦਾ, ਉਹ ਦੋਵੇਂ ਜਾਣੇ ਮੀਸ ਨੇ ਗੇ, ਉਹਨਾਂ ਦੀ ਤਾਂ ਗੱਲ ਬਣਦੀ ਆ। ਮੰਨਿਆ ਮੈਨੂੰ ਪਤਾ ਵਾ ਭਾਬੀ ਵੀ ਚਲਾਕ ਆ ਤੇ ਪਿੰਦਰ ਵੀ, ਮੈਨੂੰ ਪਤਾ ਉਹਨਾਂ ਦੋਵਾਂ ਜੀਆਂ ਦੀ ਇੱਕ ਗੱਲ ਵਾ, ਪਰ ਇਹ ਆ ਵੀ ਮੈਨੂੰ ਮਾਂ ਪਿਓ ਦਾ ਪਤਾ, ਮਾਂ ਪਿਓ ਲਈ ਅਸੀਂ ਬਰਾਬਰ ਹੀ ਆ। ਉਹ ਪਤਾ ਕੀ ਕਹਿਣ ਦੇ, ਕਹਿੰਦਾ ਇਹ ਦੋਵੇਂ ਜੀ ਸਰਕਾਰੀ ਨੌਕਰੀ ਕਰਦੇ ਆ ਤੇ ਇਹਨਾਂ ਤਨਖਾਹਾਂ ਆਉਂਦੀਆਂ ਮਹੀਨੇ ਬਾਅਦ, ਤੇ ਇਹਨੂੰ ਵਿਚਾਰੇ ਨੂੰ ਪੀ ਆ, ਅਸੀਂ ਕਾਹਤੋਂ ਇਹਨਾਂ ਨੂੰ ਦਈਏ, ਸਿਆਲ ਚ ਅਸੀਂ ਧੁੰਦਾ ਚ ਮਰੀਏ, ਗਰਮੀਆਂ ਚ ਅਸੀਂ ਤਾਂ ਆਪਣੇ ਆ ਤੇ ਤਨਖਾਹਾਂ ਇਹਨਾਂ ਨੂੰ ਦਈਏ। ਉਹ ਗੱਲ ਤਾਂ ਤੇਰੀ ਠੀਕ ਆ ਵੀ ਸਿਆਲ ਵੀ ਉਹਨੂੰ ਝੱਲਣਾ ਪੈਂਦਾ ਤੇ ਗਰਮੀ ਵੀ ਝੱਲਣੀ ਪੈਂਦੀ ਆ, ਪਰ ਇਹ ਆ ਵੀ ਅਸੀਂ ਕਿਹੜੀ ਉਹਨਾਂ ਦੇ ਅੱਗੇ ਲਿਹਾਜ਼ ਰੱਖਣ ਦੇ ਆ। ਕੋਈ ਵੀ ਜੇ ਕੋਈ ਕਹਿੰਦਾ ਹੁੰਦਾ ਨਾ ਤੇ ਐਵੇਂ ਦੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਭਾਂਬੜ ਮਚਾਰੀ ਦੇ, ਇੱਕ ਕਾਰਨ ਹੀ ਸੁਣ ਕੇ ਦੂਜੇ ਨੇ ਕੱਢ ਦਿੱਤਾ ਹੋਈਗਾ। ਮੰਮੀ ਇਹੋ ਕਹਿਣ ਦੀ ਆਂਦੀ ਅੱਗੇ ਬਾਬਾ ਤਨਖਾਹ ਦੇ ਦਿੰਦਾ ਤੇ ਹੁਣ ਜੇ ਮੈਂ ਕਹਾਂ ਇੱਧਰੋਂ ਸੁਣਦਾ ਤੇ ਇੱਧਰੋਂ ਕੱਢ ਛੱਡਦਾ ਵਾ, ਤੇ ਐਵੇਂ ਇਹਨਾਂ ਦੀਆਂ ਗੱਲਾਂ ਵਿੱਚ ਆਣ ਕੇ ਨਾ ਤੇ ਪੈਸੇ ਨਾ ਇਹਨਾਂ ਨੂੰ ਦੇ ਬੈਠੇ, ਬਥੇਰੇ ਇਹਨਾਂ ਨੂੰ ਪੈਸੇ ਦੇ ਕੇ ਵੇਖ ਲਿਆ ਵਾ। ਤੇ ਨਾਲੇ ਮੇਰੀ ਗੱਲ ਇੱਕ ਹੋਰ ਸੁਣਿਓ ਵੀ ਹੁਣ ਮੰਮੀ ਡੈਡੀ ਨਾ ਮਿੱਠੇ ਪਿਆਰੇ ਹੋ ਕੇ ਤੇ ਪੈਰੀ ਨਾਲ ਵਾਲੋ, ਕਹੋ ਉੱਧਰ ਦੀ ਸਾਨੂੰ ਕਰ ਦਿਓ। ਚਲੋ ਵੇਖਦਾ ਵਾ ਮੈਂ ਕਰਦਾ ਕਿਵੇਂ ਗੱਲ, ਵੀ ਤੇਰੀ ਗੱਲ ਆ ਵੇਖ ਕੇ ਨਾ ਜਦੋਂ ਮੰਮੀ ਦਾ ਮੂਡ ਮਾੜ ਸੈੱਟ ਹੋਊਗਾ, ਪਹਿਲਾਂ ਤਾਂ ਮੰਮੀ ਨੂੰ ਮਨਾਉਣਾ ਪੈਣਾ ਵਾ ਤੇ ਫਿਰ ਡੈਡੀ ਨਾਲ ਗੱਲ ਹੋਣੀ ਆ, ਕਿਉਂਕਿ ਤੈਨੂੰ ਪਤਾ ਜੋ ਮੰਮੀ ਨੇ ਕਹਿਣਾ ਨਾ ਡੈਡੀ ਨੇ ਕਰਨਾ ਉਹ ਹੀ ਆ। ਜੇ ਤੁਹਾਡੇ ਕੋਲ ਨਹੀਂ ਨਾ ਹੁੰਦਾ ਤੇ ਮੈਨੂੰ ਦੋ ਥੋੜੀ ਜਿਹੀ ਢਿੱਲ ਵੇਖੀ ਕਿਤੇ ਤੀਰ ਵਾਂਗੂ ਨਾ ਸਿੱਧਿਆ। ਬਹਿ ਜਾ ਬਹਿ ਜਾ ਬਹਿ ਜਾ, ਬਹੁਤੇ ਨਾ ਤੀਰ ਸਿੱਧੇ ਕਰ ਹੈਗਾ, ਉਹ ਨਾ ਹੋਵੇ ਉਦਾਂ ਨੇ ਸਭ ਕੁਝ ਮਿਲਣਾ ਵਾ, ਪਰ ਤੇਰੀਆਂ ਗੱਲਾਂ ਨੇ ਇਹਨਾਂ ਨਾ ਸਭ ਕੁਝ ਮੈਨੂੰ ਲੱਗਦਾ ਵੀ ਹੱਥੋਂ ਛਡਾ ਦੇਣਾ ਵਾ, ਤੇ ਚੁੱਪ ਕਰਕੇ ਤੇ ਜਾ ਕੰਮ ਧੰਦਾ ਕਰ ਕੋਈ। ਵੈਸੇ ਇੱਕ ਗੱਲ ਆ, ਗੁਰਲੀਨ ਵੀ ਆਪਣੀ ਜਗ੍ਹਾ ਸਹੀ ਲੱਗਣ ਡੀ ਆ, ਅਕਸਰ ਕੋਈ ਨਾ ਕੋਈ ਮੰਮੀ ਡੈਡੀ ਗੱਲ ਕੀਤੀ ਆ ਤਾਂ ਤਦ ਹੀ ਸੁਣ ਕੇ ਆਣ ਕੇ ਆਈ ਆ, ਕਿਉਂਕਿ ਹੈ ਤਾਂ ਥੋੜ੍ਹੀ ਭੁੜਕਣ ਵਾਲੀ ਆ, ਪਰ ਫਿਰ ਵੀ ਕੋਈ ਗੱਲ ਤਾਂ ਖਾਨੇ ਪਈ ਆ ਤਾਂ ਤਦ ਹੀ ਆਈ ਆ। ਅਤੇ ਇੱਦਾਂ ਕਰਦਾ ਵਾ ਕਿਸੇ ਦਿਨ ਮੰਮੀ ਡੈਡੀ ਨਾਲ ਕਰਦਾ ਵਾਂ ਗੱਲ, ਜਿੱਦਣ ਕਿਤੇ ਹੋਊਗਾ ਨਾ ਸਭ ਖੁਸ਼ ਹੋਣਗੇ ਤਾਂ ਬਹਾ ਕੇ ਤਾਂ ਗੱਲ ਕਰਾਂਗਾ, ਅਤੇ ਕਰਾਉਣਾ ਕੰਮ ਸਾਰੇ ਸਿੱਧੇ। ਪੈਲੀ ਤਾਂ ਮਰਲਾ ਨਹੀਂ ਮਾਣ ਹੁੰਦੀ, ਇਹ ਤਾਂ ਫਿਰ ਵੀ ਦੂ ਕਿਲਿਆਂ ਦੀ ਗੱਲ ਆ, ਅਤੇ ਨਾਲੇ ਇਹ ਆ ਵੀ ਉਹ ਨਾ ਵੇ ਕਿਤੇ ਨੌਕਰੀਆਂ ਪੱਲੇ ਰਹਿ ਜਾਣ, ਅੱਜ ਕੱਲ੍ਹ ਸਭ ਕੁਝ ਹੁੰਦਾ ਵਾ, ਕੱਲ੍ਹ ਯੁੱਗ ਚੱਲਣ ਡਿਆ, ਕੋਈ ਪਤਾ ਨਹੀਂ ਆ ਕੀ ਬਣ ਜਾਣਾ। ਉਹ ਵੇਖਾਂ ਭਲਾ, ਹਾਂ ਤੇ ਦੋਵਾਂ ਜੀਆਂ ਨੇ ਸਲਾਹ ਕਰ ਲਈ ਹੈ, ਜੇ ਪਿੰਦਰ ਹਵੇਲੀ ਤਾਂ ਉਹਦੇ ਨਾਲ ਗੱਲ ਕਰਨੀ ਹੈ। ਗਾਂ ਆ ਜਾ। ਪਾਣੀ ਡਾਇਆ ਜੇ ਡੰਗਰਾਂ ਨੂੰ, ਪਾਣੀ ਡਾਉਣਾ ਤੇ ਇਹਨਾਂ ਨੂੰ ਦਿਹਾੜੀ ਦੋ ਤਿੰਨ ਵਾਰੀ ਨਹਾ ਲਿਆ ਵੀ ਘਰ ਗਰਮੀ ਬੜੀ ਆ। ਨਹੀਂ ਨਹੀਂ ਮੰਮੀ ਨਹਾਈ ਦਾ ਨਹਾਇਆ ਦਿਖਾਉਣੀ।
ਆਪਣੇ ਵਾਂਗੂ ਹੀ ਹੈ। ਆਹੋ ਓਹੀ ਤੇ ਮੈਂ ਕਿਹਾ ਗਰਮੀ ਬੜੀ ਹੈ। ਨਹੀਂ ਨਹੀਂ ਤੇ ਨਾਲੇ ਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਦੱਸੋ। ਤੇ ਮੈਂ ਕਿਹਾ ਚੱਲ ਘਰ ਕੀ ਕਰਨੀ ਆ ਤੇ ਮੈਂ ਨਾ ਸਲਾਹ ਕੀਤੀ ਤੇਰੇ ਭਾਪੇ ਦੇ ਨਾਲ। ਅੱਛਾ। ਤੇ ਤੇਰੇ ਨਾਲ ਨਾ ਕੋਈ 2 ਕਿੱਲੇ ਪੈਲੀ ਵੱਧ ਲਵਾ ਦਿੰਦੇ ਆ। ਮੰਮੀ ਉਹ ਕਾਹਦੇ ਲਈ? ਉਹ ਪੁੱਤ ਏਦਾਂ ਹੀ ਹੈ, ਤੈਨੂੰ ਨੀ ਪਤਾ ਹੈਗਾ, ਤੂੰ ਸਾਰੀ ਉਮਰ ਖੱਬ ਚੱਲਿਆ ਇਸੇ ਘੱਟੇ ਮਿੱਟੀ ਦੇ ਵਿੱਚ। ਉਹ ਤੇ ਫਿਰ ਵੀ ਨੌਕਰੀ ਕਰਦੇ ਨੇ ਦੋਵੇਂ ਜੀ, ਉਹਨਾਂ ਕੋਲ 4 ਪੈਸੇ ਹੋਣਗੇ ਤੇ ਕੱਲ੍ਹ ਨੂੰ ਤੇਰੀ ਫਿਕਰ ਸਾਨੂੰ ਹੀ ਹੋਣੀ ਹੈ। ਪਰ ਮੰਮੀ ਮੈਂ ਨਹੀਂ ਕੰਮ ਕਰ ਸਕਦਾ, ਜਦੋਂ ਨੌਕਰੀਆਂ ਨਹੀਂ ਕਰਦੇ ਗੇ ਆਪਾਂ ਰੋਟੀ ਨਹੀਂ ਖਾਂਦੇ। ਨਹੀਂ ਪੁੱਤ, ਦੂਰ ਤੱਕ ਸੋਚੀਏ ਨਾ ਤੇ ਫਿਰ ਵੀ ਕੁਝ ਪੱਲੇ ਹੀ ਹੋਏ ਤੇ ਫਿਰ ਹੀ ਪੁੱਤ ਭੈਣ ਭਰਾ ਨਾਲ ਵਰਤਿਆ ਜਾਂਦਾ ਵਾ। ਓ ਕੋਈ ਨੀ ਮੰਮੀ, ਐਵੇਂ ਨੀ ਇੰਨਾ ਸੋਚੀਦਾ ਹੁੰਦਾ। ਜਿਹਦੇ ਜੋ ਕਰਮਾਂ ਚ ਉਹਨੂੰ ਮਿਲ ਜਾਣਾ, ਨਾਲੇ ਆਪਾਂ ਕੋਈ ਕਿਹੜਾ ਕੁਝ ਹੈਗਾ ਨੀ ਆ, ਜ਼ਮੀਨ ਭਾਂਡੇ ਵਾਲੇ ਆ। ਹੈ ਤੇ ਜ਼ਮੀਨ ਭਾਂਡੇ ਵਾਲੇ ਹੋ ਪੁੱਤਰ, ਨੌਕਰੀ ਆਪਣੇ ਥਾਂ ਹੈ, ਜ਼ਮੀਨ ਭਾਂਡਾ ਆਪਣੇ ਥਾਂ। ਜ਼ਮੀਨ ਤੇ ਫਿਰ ਬੰਦੇ ਨਾਲ ਖੂਹ ਦੀ ਮਿੱਟੀ ਖੂਹ ਹੀ ਲੱਗ ਜਾਂਦੀ ਹੈ। ਉਹਨਾਂ ਦਾ 30 ਦਿਨ ਮਹੀਨਾ ਵਾ, ਹਨੇਰੀ ਆਏ ਮੀਂਹ ਆਏ, ਉਹਨਾਂ ਦੇ ਪੈਸੇ ਖਰੇ ਨੇ। ਤੂੰ ਤੇ 6 ਮਹੀਨੇ ਵੇਖਣੇ ਨਾ, ਤੂੰ ਅਜੇ ਨਿਆਣ ਸਿਆਣਾ, ਤੈਨੂੰ ਨੀ ਇੰਨੀ ਸਮਝ। ਮੰਮੀ ਨਹੀਂ, ਕਿਤੇ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ, ਬਥੇਰਾ ਕੁਝ ਬਚਦਾ ਵਾ। ਨਹੀਂ ਪੁੱਤ, ਆਹ 2 ਕਿੱਲੇ ਫਿਰ ਨਾ ਵੱਧ ਲਵਾ ਦੇਣੀ। ਮੈਂ ਤਾਂ ਨਹੀਂ ਘਰ ਗੱਲ ਕੀਤੀ, ਮੈਂ ਕਿਹਾ ਕਿ ਐਵੇਂ ਬੁੱਢੀਆਂ ਨੂੰ ਪਤਾ ਲੱਗ ਜਾਏ ਤੇ ਗੱਲ ਖਿਲਰ ਜਾਂਦੀ। ਪਰ ਮੰਮੀ ਮੇਰੀ ਸੁਣ ਲਓ ਗੱਲ, ਮੈਂ ਨੀ ਜੀ ਇੱਦਾਂ ਕਰ ਸਕਦਾ ਆਪਣੇ ਭਰਾ ਨਾਲ, ਇੱਦਾਂ ਦਾ ਸਾਡਾ ਦੋਵਾਂ ਭਰਾਵਾਂ ਦਾ ਵੈਰ ਪੈ ਜਾਣਾ ਹੈ। ਨਹੀਂ ਪੁੱਤ, ਵੈਰ ਕਾਹਦਾ ਪੈ ਜਾਣਾ ਹੈ, ਉਹ ਨੌਕਰੀ ਪੇਸ਼ੇ ਵਾਲੇ ਨੇ, ਤੂੰ ਸਾਰੀ ਉਮਰ ਘੱਟਾ ਹੀ ਛਾਨਣਾ, ਜਦੋਂ ਮਾਂ ਪਿਓ ਤੇਰਾ ਤੇਰੇ ਨਾਲ ਸਹਿਮਤ ਹੈ, ਤੈਨੂੰ ਕਾਹਦੀ ਫਿਕਰ। ਉਹ ਕੋਈ ਗੱਲ ਨਹੀਂ ਮੰਮੀ, ਐਵੇਂ ਨਾ ਇੱਦਾਂ ਕਰਿਆ ਕਰੋ, ਆਓ ਚੱਲੀਏ ਘਰ ਨੂੰ। ਉਹ ਨਹੀਂ ਪੁੱਤ, ਮੇਰੀ ਗੱਲ ਸੁਣ, ਆਹ ਕੀਤੀ ਸਲਾਹ ਮੈਂ ਤੇਰੇ ਡੈਡੀ ਨਾਲ, 2 ਕਿੱਲੇ ਪੈਲੀ ਤੇਰੇ ਨਾਲ ਵੱਧ ਲਾਉਣੀ, ਤੂੰ ਚੁੱਪ ਕਰੋ। ਚਲੋ ਕੋਈ ਨਹੀਂ, ਵੇਖ ਲਾਂਗੇ, ਆ ਜਾਓ। ਵੇਖਣਾ ਕੀ ਹੈ, ਆਹ ਤੇ ਸੋਚਣਾ ਹੀ ਹੈ ਨਾ ਤੇਰਾ, ਇਹੋ ਜਿਹੇ ਨਿਆਣ ਪੁਣਿਆਂ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ। ਨਾਲੇ ਮੇਰੀ ਇੱਕ ਗੱਲ ਹੋਰ ਸੁਣ, ਜਿਹੜੀ ਮੈਂ ਗੱਲ ਤੇਰੇ ਨਾਲ ਕੀਤੀ ਨਾ, ਤੇਰੇ ਵਿੱਚ ਹੀ ਰਹਿ ਕੇ ਹੋਰ ਨੂੰ ਨਾ ਦੱਸੀ। ਨਹੀਂ ਕਰਦਾ ਮੰਮੀ, ਕੋਈ ਗੱਲ ਨਹੀਂ। ਨਵਦੀਪ ਕੀ ਕਰਦੀ? ਕੁਛ ਨਹੀਂ, ਕੱਪੜੇ ਜੋੜ ਕੇ ਰੱਖਣ ਦੀ ਨਾ। ਇੱਧਰ ਬੈ, ਤੈਨੂੰ ਦੱਸਣਾ ਮੰਮੀ ਨੇ ਵੇਲਾ ਕੀ ਸੁਣਾਉਣ ਦੇ ਨੇ ਕਰਨਾ। ਕੀ ਸੁਣਾਵਾਂ ਕਰਨ ਦੇ ਆ? ਜੀ ਮੰਮੀ ਮੇਰੇ ਕੋਲ ਕਹੇ ਨਾ, ਮੈਂ ਤੇ ਤੇਰੇ ਪਿਓ ਨੇ ਸਲਾਹ ਕੀਤੀ ਏ, ਤੇਰੇ ਨਾਲ 2 ਕਿੱਲੇ ਪੈਲੀ ਵੱਧ ਲਵਾ ਦਿੰਦੇ ਆ। ਨਾ ਨਾ ਪਿੰਦਰ, ਆਹ ਕੰਮ ਨਾ ਕਰਿਓ, ਸਾਰੀ ਉਮਰ ਦੀ ਬਦਨਾਮੀ ਹੁੰਦੀ ਏ। ਉਹ ਮੈਂ ਤਾਂ ਨਾ ਕਰਤੀ ਏ, ਮੈਂ ਕਿਹਾ ਮੰਮੀ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ। ਜਿੰਨਾ ਮਰਜ਼ੀ ਜ਼ੋਰ ਲਾਉਣ ਨਾ, ਤੁਸੀਂ ਨਾ ਇਹ ਗੱਲ ਨਹੀਂ ਮੰਨਿਓ। ਮੈਂ ਨਾ ਕਰਤੀ, ਪਰ ਉਹ ਨਹੀਂ ਹੁੰਦੇ ਕਿਸੇ ਗੱਲ 'ਤੇ ਵੀ। ਮੈਂ ਚਲੋ ਕੋਈ ਨਹੀਂ ਵੇਖ ਲਵਾਂਗੇ, ਪਰ ਜੇ ਜ਼ਿਆਦਾ ਕਹਿੰਦਾ ਤਾਂ ਉਹਨਾਂ ਆਪਣੇ ਪਤਾ ਨਹੀਂ ਕੀ ਏ। ਆਪਣੇ ਨੂੰ ਤਾਂ ਭਾਵੇਂ ਉਹ ਚੰਗਾ ਸੋਚਦੇ ਨੇ, ਪਰ ਆਪਾਂ ਇਹ ਕੰਮ ਨਹੀਂ ਕਰਨਾ ਹੈਗਾ। ਅੱਜ ਕੱਲ ਗੱਲ ਤੇ ਓਦਾਂ ਨੀ ਕੋਈ ਕਿਸੇ ਦੀ ਬਰਦਾਸ਼ਤ ਕਰਦਾ, ਫਿਰ ਪੈਲੀ ਵਾਲੀ ਗੱਲ ਹੋਈ, ਕੋਈ ਤੇ ਮਰਲਾ ਨੀ ਛੱਡਦਾ ਕਿਸੇ ਨੂੰ। ਫਿਰ ਤੁਸੀਂ ਦੋਵਾਂ ਕਿੱਲਿਆਂ ਦੀ ਗੱਲ ਕਰਨ ਦੇ। ਜੇ ਮੰਨ ਲਾ 2 ਕਿੱਲੇ ਕਰ ਦੇਣਗੇ ਵੱਧ, ਤੇ ਕਿੱਲਾ ਹੀ ਉਹਦੀ ਆਉਣੀ, ਕੀ ਕਰ ਲਾਂਗੇ ਕਿੱਲੇ ਨਾਲ ਆਪਾਂ। ਮੈਂ ਮੰਮੀ ਇੰਨੀ ਪੈਲੀ ਕੁਛ ਨੀ ਹੁੰਦਾ, ਜੇ ਉਹ ਨੌਕਰੀ ਕਰਦੇ ਉਹਨਾਂ ਕੋਲ ਪੈਸੇ ਪੈਸੇ। ਮੈਂ ਕੋਈ ਨੀ, ਤੂੰ ਅਸੀਂ ਆਪੋ ਆਪਣਾ ਸੋਚਦੇ, ਉੱਤੇ ਬੈਠਾ ਸਾਰਿਆਂ ਦਾ ਸੋਚਣ ਵਾਲਾ। ਤੇ ਹੋਰ ਕੀ ਪਤਾ ਕੱਲ ਨੂੰ ਸਾਡੇ ਮੁੰਡੇ ਨੂੰ ਕੋਈ ਇਹਨਾਂ ਤੋਂ ਨੀ ਵੱਡੀ ਨੌਕਰੀ ਮਿਲ ਜਾਣੀ। ਆਪਾਂ ਮੁੰਡੇ ਨੂੰ ਗੱਦੀਆਂ ਪੜਾਉਂਦੇ ਆ ਨਾ ਚੰਗੀ ਤਰ੍ਹਾਂ। ਆਹੋ ਸਹੀ ਗੱਲ ਨਾ, ਚੰਗਾ ਕੀਤਾ ਤੁਸੀਂ ਮੰਮੀ ਨੂੰ ਕਹਿਤਾ ਵੀ ਸਾਨੂੰ ਨੀ ਵੱਧ ਚਾਹੀਦੀ। ਸਹੋਰ, ਮੈਂ ਚੱਲ ਤੇਰੇ ਨਾਲ ਵੀ ਕਰਾਂ ਗੱਲ, ਵੀ ਠੀਕ ਕੀਤਾ ਕਿ ਨਹੀਂ। ਮੈਂ ਤਾਂ ਕੱਲ ਨੂੰ ਕਹੀ ਵੀ ਮੇਰੇ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ। ਬੜਾ ਵਧੀਆ ਕੀਤਾ ਤੁਸੀਂ। ਪਰ ਇੱਕ ਗੱਲ ਦੀ, ਕਿਸੇ ਨੂੰ ਪਤਾ ਨਾ ਲੱਗੇ ਮੰਮੀ ਕਹਿੰਦੀ, ਇਹਦੀ ਗੱਲ ਨਾ ਕਰੀ ਕਿਸੇ ਨਾਲ। ਮੈਂ ਪਰ ਤੇਰੇ ਨਾਲ ਤਾਂ ਕਰਨੀ, ਮੈਂ ਚੱਲ ਪੁੱਛ ਲੈਣਾ ਇੱਕ ਵਾਰੀ ਇਹਨੂੰ। ਕੋਈ ਨੀ, ਮੈਂ ਕਿਹਦੇ ਨਾਲ ਗੱਲ ਕਰਨੀ ਆ, ਤੁਹਾਨੂੰ ਪਤਾ ਗੁਰਲੀਨ ਮੇਰੇ ਨਾਲ ਓਦਾਂ ਨੀ ਬੋਲਦੀ ਹੈਗੀ। ਉਹਦੀ ਥੋੜਾ ਡਿਆ ਗੱਲ ਕਰਨਾ, ਮੈਂ ਮੰਮੀ ਦੀ ਡਿਆ ਵੀ ਮੰਮੀ ਨੂੰ ਨਾ ਕਿਤੇ ਪੁੱਛ ਬਈ।
ਨਹੀਂ ਨਹੀਂ ਮੈਂ ਨਹੀਂ ਪੁੱਛਦੀ ਹੈਗੀ। ਮੰਮੀ ਨੂੰ ਕਹਿਣਾ ਵੀ ਇਹਨੂੰ ਕਹਿ ਕਿਸੇ ਨਾਲ ਗੱਲ ਨਾ ਕਰੀ ਤੇ ਨਾ ਜਾ ਕੇ ਝੱਟ ਉਹਦੇ ਨਾਲ ਕਰਨੀ। ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ। ਹਾਂ ਤੇ ਮੈਂ ਡੈਡੀ ਨੂੰ ਨਾ ਇਕੱਲੇ ਨੂੰ ਸਮਝਾਉਣਾ ਵਾ, ਮੰਮੀ ਨੂੰ ਤਾਂ ਕਿਹਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਤੇ ਕੋਈ ਨਹੀਂ ਤੁਸੀਂ ਡੈਡੀ ਨੂੰ ਸਮਝਾਇਆ ਵੀ ਇਦਾਂ ਦਾ ਕੰਮ ਨਹੀਂ ਕਰਨਾ, ਜੋ ਵੀ ਕਰਨਾ ਵਾ ਨਾ ਸਾਡੇ ਦੋਵਾਂ ਭਰਾਵਾਂ ਦਾ ਬਰਾਬਰ ਹਿੱਸਾ ਕੱਢਿਓ। ਬਸ ਬਸ ਅੱਗੇ ਤੇ ਰੋਟੀ ਖਾਣੀ ਆ ਤੇ ਹੋਰ, ਹੁਣ ਇਹ ਵੀ ਨੌਕਰੀਆਂ ਤੇ ਲੱਗੇ ਨੇ ਤੇ ਹੁਣ ਲੱਗੇ ਆ ਆਪਾਂ ਕਰਨ। ਉਹ ਨਾਲੇ ਪਿੰਦਰ ਕਿਹੜਾ ਕੁਝ ਦੇਂਦੇ ਨੇ ਘਰ ਵਿੱਚ, ਪਹਿਲਾਂ ਲਾਭ ਦਿੰਦਾ ਹੁੰਦਾ ਸੀ ਹੁਣ ਤੇ ਉਹ ਵੀ ਨਹੀਂ ਕੁਝ ਦਿੰਦਾ ਹੈਗਾ, ਤੇ ਤਾਂ ਵੀ ਸਰਕਲ ਚੱਲਣ ਨਹੀਂ ਦਿਆ ਵਾ। ਉਹਨਾਂ ਨੇ ਤੇ ਇਹ ਸੋਚਿਆ ਕਿ ਹੁਣ ਅਸੀਂ ਇਹਨਾਂ ਨੂੰ ਪੈਸੇ ਨਾ ਦੇਵਾਂਗੇ ਤੇ ਘਰ ਚੱਲਣਾ ਨਹੀਂ ਆ, ਪਰ ਇੱਦਾਂ ਥੋੜੀ ਹੁੰਦਾ ਵਾ, ਕਿਸੇ ਦੇ ਕੀਤਿਆਂ ਕੁਝ ਨਹੀਂ ਹੁੰਦਾ, ਵਾਹਿਗੁਰੂ ਸਾਰਾ ਕੁਝ ਕਰਾਉਣ ਵਾਲਾ। ਪੈਲੀਆਂ ਚ ਬਥੇਰਾ ਕੁਝ ਬਚਦਾ ਵਾ, ਬੰਦਾ ਕਰਨ ਵਾਲਾ ਹੋਣਾ ਚਾਹੀਦਾ ਵਾ ਕੰਮ ਕਾਰ। ਨਵਦੀਪ ਤੱਜੇ ਤੇ ਕੋਈ ਬੰਦਾ ਨਹੀਂ ਰੱਖੀਦਾ ਨਾਲ, ਤੇ ਜਿਹੜੇ ਉਹਨੂੰ ਦੇਣੇ ਨੇ ਉਹ ਵੀ ਬਚਾਈਏ। ਤੇ ਹੋਰ ਕੋਈ ਗੱਲ ਨਹੀਂ, ਤੁਸੀਂ ਨਾ ਕਹੋ ਵੀ ਮੈਨੂੰ ਨੀ ਕੁਝ ਵੀ ਵੱਧ ਚਾਹੀਦਾ, ਜਿੰਨਾ ਮੇਰੇ ਤੋਂ ਹੈਗਾ ਨਾ ਮੈਨੂੰ ਇੰਨਾ ਹੀ ਬੜਾ ਵਾ। ਇਹ ਆ ਵੀ ਆਪਣੀ ਮਹਿ ਬਚੀ ਰਹੇ ਇੰਨਾ ਹੀ ਬੜਾ ਵਾ, ਆਪਾਂ ਕਿਸੇ ਦੀ ਲੈਂਦੇ ਲੈਂਦੇ ਮੁੜ ਕੇ ਹੋਰ ਹੀ। ਤੇ ਹੋਰ ਪਿੰਦਰ ਐਵੇਂ ਮੁੜ ਕੇ ਬਾਦਵਾਵਾਂ ਹੀ ਲੈਣੀਆਂ ਨੇ। ਬਸ ਬਸ ਤੁਹਾਨੂੰ ਪਤਾ ਹੀ ਉਹ ਕਿੰਨਾ ਮੁੜ ਕੇ ਬੋਲਦੀ ਹੈ। ਉਹਨੇ ਮੁੜ ਕੇ ਛੱਡਣਾ ਨੀ ਕਰਨਾ, ਰੋਜ਼ ਦੀ ਲੜਾਈ ਹੋਣੀ ਕਰਨੀ ਵੇਖੀ। ਤੇ ਹੋਰ ਉਹਨੇ ਗੱਲ ਗੱਲ ਤੇ ਸੁਣਾਇਆ ਕਰਨਾ, ਇਹਨੂੰ ਚੰਗਾ ਕਲੇਸ਼ ਪਾਉਣ ਤੋਂ ਪਹਿਲਾਂ ਨਾ ਕੋਈ ਇਹੋ ਜਿਹਾ ਕੰਮ ਕਰੀਏ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਚੌਲ ਬਣਾਵਾਂ ਰਾਜਮਾਵਾਂ ਦੀ ਸਬਜ਼ੀ ਨਾਲ ਜਾਂ ਫੁਲਕੇ ਲਾਵਾਂ। ਨਵਦੀਪ ਮੈਂ ਦਿਖਾਵਾਂਗਾ ਇਕੱਲੇ ਚੌਲ ਵੀ, ਬਾਕੀ ਹੋਰ ਕਿਸੇ ਜੀ ਨੂੰ ਪੁੱਛ ਲੈ ਜੇ ਕਿਸੇ ਨੇ ਰੋਟੀ ਖਾਣੀ ਹੋਵੇ ਤੇ। ਚਲੋ ਫਿਰ ਮੈਂ ਚੌਲ ਤੇ ਬਣਾਉਣੀ ਆ, ਜੇ ਕੋਈ ਕਹੇਗਾ ਤੇ ਫਿਰ ਮੈਂ ਪਕਾ ਦਾਂਗੀ ਰੋਟੀ ਵੀ। ਆਹੋ ਇੱਦਾਂ ਕਰ। ਸਾਰਿਆਂ ਨੇ ਚੌਲ ਖਾ ਲੈਣੇ, ਹੁਣ ਇਹਦੇ ਲਈ ਇਕੱਲੇ ਨਹੀਂ ਮੈਡਮ ਲਈ ਫੁਲਕੇ ਲਾਉਣੇ ਪੈਣੇ ਆ। ਇਹਦਾ ਸਾਰਿਆਂ ਤੋਂ ਵੱਖਰੀ ਰਮਜ ਹੁੰਦੀ ਹੈ, ਇਹਨੇ ਪੁੱਠੇ ਪਾਸੇ ਚੱਲਣਾ ਹੁੰਦਾ। ਇਹਦਾ ਮੈਡਮ ਦਾ ਵੀ ਕੋਈ ਹਾਲ ਨਹੀਂ ਹੈ, ਉੱਤੋਂ ਦਿਨ ਕਿੱਥੇ ਆ ਗਿਆ ਤਾਂ ਹਜੇ ਤੱਕ ਸੁੱਤੀ ਹੈ। ਇੱਕ ਤਾਂ ਨਾ ਜਿਹੜੇ ਏ ਸੀ ਵੀ ਹੈ ਨਾ, ਇਹ ਵੀ ਸਿਆਣਿਆਂ ਦੀ ਗੱਲ ਸਹੀ ਹੈ, ਬਿਲਕੁਲ ਪਾਲੀ ਦੀ ਗਿਆਰੀ ਨਹੀਂ, ਜਿਹਨਾਂ ਦਾ ਫਾਇਦੇ ਆ ਤਾਂ ਨੁਕਸਾਨ ਨਹੀਂ ਹੈ। ਹੁਣ ਦੱਸੋ ਕਿਹੜੇ ਲਈ ਦਫ਼ਤਰ ਜਾਣਾ ਅਤੇ ਕਿਹੜੇ ਲਈ ਕੰਮ ਕਾਜ ਕਰਨੇ ਆ। ਗੱਲੀ ਨਾ ਉੱਠ ਤਾਂ ਬੜੀ ਭੂਖ ਸੁੱਤੀ ਹੈ। ਕੀ ਹੋਇਆ ਵਾ ਸਵੇਰੇ ਸਵੇਰੇ ਡੈਕੇ ਹੋ? ਮੈਨੂੰ ਨਾ ਪੁੱਛ ਟਾਈਮ ਦੇ ਵੀ ਟਾਈਮ ਕਿੱਦਾਂ ਹੋ ਗਿਆ ਵਾ। ਤੈਨੂੰ ਠਾ ਲਿਆ ਸਹੀ, ਤੂੰ ਨਿਆਣੇ ਨੂੰ ਫੇਰ ਕੇਸ ਵੱਟ ਗਈ ਆ, ਫੇਰ ਉੱਥੇ ਸੌ ਗਈ ਆ, ਏਦਾਂ ਚੰਗੇ ਲੱਗੀ ਦਾ ਕੰਮ? ਬਸ ਠੀਕ ਆ, ਹਜੇ ਵੀ ਸੌਣ ਦੀਆਂ ਗੱਲਾਂ ਨਾ ਛੱਡੀਆਂ, ਇੱਕ ਤਾਂ ਤੈਨੂੰ ਨਾ ਸੁਸਤੀ ਲੈ ਲਈ ਆ, ਤੇ ਚੱਲ ਉੱਠੋ ਜਲਦੀ ਚੱਲੀਏ, ਟਾਈਮ ਉੱਤੋਂ ਕਿੰਨਾ ਹੋ ਗਿਆ ਵਾ। ਟਾਈਮ ਕੀ ਬਣਾਵਾ, ਝਾੜੂ ਪੋਚਾ ਵੀ ਕਰਨ ਵਾਲਾ, ਰੋਟੀ ਪਾਣੀ ਵੀ ਕਰਨ ਵਾਲਾ, ਬੰਦਾ ਪੁੱਛੇ ਮੈਂ ਹੁਣ ਕੀ ਕਰ ਲੈਣਾ ਕਹੀਂ ਨਹੀਂ ਤੇ। ਹੁਣ ਝਾੜੂ ਪੋਚੇ ਦੀ ਛੱਡ ਤੂੰ, ਕੁਝ ਨਹੀਂ ਹੋ ਰਿਹਾ ਮੈਨੂੰ, ਇੱਥੇ ਚੰਗੇ ਆਣ ਕੇ ਪ੍ਰਾਹੁਣੇ ਬੈਠੇ ਆ ਦਰਵਾਜ਼ੇ 'ਚ, ਵੀ ਉਹ ਕਹਿਣਗੇ ਵੀ ਖਲਾਰਾ ਪਿਆ ਲਿਆਵਾਂ ਜਾਓ, ਹੁਣ ਰੋਟੀਆਂ ਤੋਂ ਲਾਹ ਖਾਈਏ ਤੇ ਮਿੰਟੋ ਮਿੰਟੀ ਤਿਆਰ ਹੋ। ਮੁੜ ਕੇ ਆਪਣੀ ਸ਼ਰਮ ਆਉਂਦੀ ਹੈ ਜੇ ਛੁੱਟੀ ਦੇ ਦਾਮ ਲੇਟ ਜਾਈਏ ਨਾ, ਅਗਲੇ ਦਿਨ ਜਿਹੜਾ ਸਰੀਰ ਆ ਮੂੰਹ ਬਿਟਰ ਬਿਟਰ ਮਿਲਦੇ ਆ, ਯਾਰ ਇਹਨਾਂ ਦਾ ਤਾਂ ਨੌਕਰੀ ਇਹਨਾਂ ਨੂੰ ਪਤਾ ਨਹੀਂ ਹੈਗੀ। ਚਲੋ ਸਵੇਰੇ ਸਵੇਰੇ ਨਾ ਇਹਦਾ ਭਾਸ਼ਣ ਦਿਆ ਕਰੋ, ਪਰਾਂ ਹੋ ਗਿਆ। ਲੈ ਅੱਜ ਤੇ ਟਾਈਮ ਭੱਜਿਆ ਜਾ ਰਿਹਾ।
ਹੁਣ ਮੇਰੇ ਕਿਹੜੀ ਰੋਟੀ ਬਣਨੀ ਆ, ਏਦਾਂ ਕਰਨੀ ਆ, ਕਹਿੰਦੀ ਆ ਵੀ ਆਪਾਂ ਉੱਥੋਂ ਕੁਝ ਰਾਹ ਚੋਂ ਖਾ ਲਾਂਗੇ ਤੇ ਆਪੇ ਪਕਾ ਕੇ ਤੇ ਖਾ ਲੈਣਗੀਆਂ, ਗੱਲਾਂ ਤੇ ਓਦਾਂ ਵੀ ਇਹਨਾਂ ਕਰਨੀਆਂ, ਚਾਰ ਓਦਾਂ ਹੀ ਸੁਣ ਲਾਂਗੇ। ਲਾਂਭੂ ਆਉਂਦੀ ਆ ਵੀ ਅੱਜ ਤੇ ਮੇਰੀ ਮੀਟਿੰਗ ਵੀ ਆ ਤੇ ਮੈਂ ਲੇਟ ਹੋ ਜਾਣਾ ਵਾ।